ਅਮਰਿਤਪਾਲ ਸਣੇ ਹੁਣ ਪਪਲਪ੍ਰੀਤ ਦੇ ਪੋਸਟਰਸ ਵੀ ਲੱਗ ਚੁੱਕੇ ਨੇ ਪਪਲਪ੍ਰੀਤ ਤੇ ਅਮਰਿਤਪਾਲ ਦੇ ਪੋਸਟਰਸ ਲੱਗ ਚੁੱਕੇ ਨੇ ਪੁਲਿਸ ਹੁਣ ਲੋਕਾਂ ਤੋਂ ਮੰਗ ਕਰ ਰਹੀ ਆ ਜਿੱਥੇ ਪਹਿਲਾਂ ਮਾਝੇ ਵਾਲੇ ਏਰੀਆ ਦੇ ਵਿੱਚ ਜ਼ਿਆਦਾ ਪੋਸਟਰ ਲੱਗ ਰਹੇ ਸੀ ਉੱਥੇ ਉਸ ਤੋਂ ਬਾਅਦ ਮਾਲਵੇ 'ਚ ਵੀ ਲੱਗਣ ਲੱਗੇ ਤੇ ਹੁਣ ਹੋਰ ਦੋ ਜ਼ਿਲ੍ਹਿਆਂ ਦੇ ਵਿੱਚ ਵੀ ਪੋਸਟਰਸ ਲੱਗ ਚੁੱਕੇ ਨੇ ਤਰਨਤਾਰਨ ਦੀ ਗੱਲ ਕਰੀਏ ਤਰਨਤਾਰਨ ਦੇ ਵਿੱਚ ਵੀ ਪੋਸਟਰਸ ਲੱਗ ਚੁੱਕੇ ਨੇ ਔਰ ਗਰਦਾਸਪੁਰ ਦੇ ਵਿੱਚ ਵੀ ਪੋਸਟਰਸ ਲੱਗ ਚੁੱਕੇ ਨੇ ਔਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਅਮਰਿਤਪਾਲ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਨਾਲ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀ ਜਾਵੇਗੀ ਲੋਕਾਂ ਨੂੰ ਅਪੀਲ ਹੈ ਕਿ ਅਮਰਿਤਪਾਲ ਜੇ ਉਹਨਾਂ ਨੂੰ ਪਤਾ ਅਮਰਿਤਪਾਲ ਕਿੱਥੇ ਹੈ ਜਾਂ ਕੋਈ ਸੂਠ ਖਾਣਾ ਮਿਲਦਾ ਤਾਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਬੀਤੇ ਦਿਨੀ ਵੀ ਪੋਸਟਰਸ ਅਮਰਿਤਪਾਲ ਨੂੰ ਲੈ ਕੇ ਸਾਹਮਣੇ ਆਏ ਸੀ ਇਹਨਾਂ ਪੋਸਟਰਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਲੱਗੇ ਸੀ ਬਟਾਲਾ ਵਿੱਚ ਲੱਗੇ ਸੀ ਬੱਸ ਸਟੈਂਡਸ ਤੇ ਲੱਗੇ ਸੀਗੇ ਨਾਲ ਰੇਲਵੇ ਸਟੇਸ਼ਨਸ ਤੇ ਲੱਗੇ ਸੀ ਹੁਣ ਇਹਨਾਂ ਪੋਸਟਰਸ ਦੀ ਮਿਆਦ ਹੋਰ ਅੱਗੇ ਵਧਦੀ ਜਾ ਰਹੀ ਹੈ ਜ਼ਿਲ੍ਹੇ ਵਾਧੇ ਜਾ ਰਹੇ ਨੇ ਪਟਿਆਲੇ ਦੁਖਨਵਰਨ ਸਾਹਿਬ ਦੇ ਬਾਹਰ ਵੀ ਲਗਾਏ ਗਏ ਜਿੱਥੇ ਪੁਲਸ ਦਾ ਨਾਕਾ ਹੁੰਦਾ ਔਰ ਹੁਣ ਅੰਮ੍ਰਿਤਸਰ ਦੇ ਨਾਲ ਨਾਲ ਤਰਨਤਾਰਨ ਦੇ ਵਿੱਚ ਵੀ ਲੱਗੇ ਨੇ ਨਾਲ ਨਾਲ ਗੁਰਦਾਸਪੁਰ ਚ ਵੀ ਲੱਗੇ ਨੇ ਔਰ ਜਿੱਥੇ ਜਿੱਥੇ ਪੁਲਿਸ ਦੇ ਨਾਕੇ ਨੇ ਉੱਥੇ ਉੱਥੇ ਆਪਣੇ ਬੈਰੀਗੇਟਾਂ ਦੇ ਉੱਤੇ ਇਹਨਾਂ ਪੋਸਟਰਸ ਨੂੰ ਲਗਾਇਆ ਗਿਆ ਅੰਮ੍ਰਿਤਪਾਲ ਦੀਆਂ ਤਸਵੀਰਾਂ ਤੇ ਪਪਲ ਪਿੰਦੀਆਂ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਅੰਮ੍ਰਿਤਪਾਲ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਥਾਂ ਥਾਂ ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਬੀਤੇ ਦਿਨੀ ਬਿਆਸ ਤੋਂ ਵੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਬਿਆਸ ਵਿੱਚ 20 ਤਿੰਨ ਗੈਜਟਿਡ ਅਫਸਰ ਜਿਹੜੇ ਤਾਇਨਾਤ ਕੀਤੇ ਗਏ ਨੇ ਉਹਨਾਂ ਦੇ ਨਾਲ 50 ਦੇ ਕਰੀਬ ਜਿਹੜੇ ਪੁਲਸ ਕਰਮੀ ਨੇ ਉਹ ਵੀ ਤਾਇਨਾਤ ਕੀ ਆਂ ਨੇ ਪਰ ਕਿੱਥੇ ਅਮਰਿਤਪਾਲ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਲਗਾਤਾਰ ਅਮਰਿਤਪਾਲ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਫਤੀਸ਼ ਜਿਹੜੀ ਹੈ ਕੀਤੀ ਜਾ ਰਹੀ ਹੈ ਅਮਰਿਤਪਾਲ ਬਾਰੇ ਸੂ ਜਿਹੜੀ ਹੈ ਉਹ ਮਿਲਦੀ ਹੈ ਉਹ ਲੋਕਾਂ ਦੇ ਕੋਲੋਂ ਮਿਲ ਸਕਦੀ ਹੈ ਪੁਲਿਸ ਦਾ ਇਹ ਮੰਨਣਾ ਦੂਜੇ ਪਾਸੇ ਪੁਲਿਸ ਦਾ ਇਹ ਕਹਿਣਾ ਹੈ ਕਿ ਲੋਕ ਉਹਨਾਂ ਦੀ ਮਦਦ ਕਰਨ ਔਰ ਅਮਰਿਤਪਾਲ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਵਕਤ ਵਕਤ ਪੁਲਸ ਅਧਿਕਾਰੀਆਂ ਵੱਲੋਂ ਵਕਤ ਵਕਤ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਵੱਲੋਂ ਇਹ ਕਹਿਣਾ ਸੀ ਕਿ ਅਮਰਿਤਪਾਲ ਜਲਦੋ ਜਲਦ ਪੁਲਸ ਦੇ ਸਾਹਮਣੇ ਆ ਜਾਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੁੱਦਾ ਭੱਖਦਾ ਪਿਆ ਹੈ ਹੁਣ ਅੰਮ੍ਰਿਤਸਰ ਦੇ ਵਿੱਚ ਵੀ ਪੋਸਟਰ ਲੱਗੇ ਨੇ ਅੰਮ੍ਰਿਤਸਰ ਦੇ ਬੱਸ ਅੱਡੇ ਤੇ ਵੀ ਲੱਗੇ ਨੇ ਅੰਮ੍ਰਿਤਸਰ ਪੁਲਿਸ ਸਟੇਸ਼ਨ ਤੇ ਵੀ ਲੱਗੇ ਨੇ ਪੁਲਿਸ ਸਟੇਸ਼ਨਾਂ ਦੇ ਬਾਹਰ ਪੁਲਿਸ ਦੇ ਬੈਰੀਗੇਟਾਂ ਦੇ ਉੱਤੇ ਤਰਨਤਨ ਵੀ ਪੁਲਿਸ ਦੇ ਬੈਰੀਗੇਟਾਂ ਦੇ ਬਾਹਰ ਲੱਗੇ ਨੇ ਪੋਸਟਰ ਪੱਪਲਪ੍ਰੀਤ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਹੈ ਪੱਪਲਪ੍ਰੀਤ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ ਤੋਂ ਬਾਅਦ ਵੱਡੇ ਖਲਾਸੇ ਹੁੰਦੇ ਨੇ ਔਰ ਇਸ ਖਲਾਸੇ ਦੇ ਮੱਦੇਨਜ਼ਰ ਹੀ ਪੁਲਿਸ ਅਗਲੇ ਐਕਸ਼ਨਜ਼ ਨੂੰ ਅੰਜਾਮ ਦੇ ਰਹੀ ਹੈ ਜਿੱਥੇ ਪਹਿਲਾਂ ਡਰੋਨ ਦੇ ਜ਼ਰੀਏ ਲੱਭਣ ਦੀ ਕੋਸ਼ਿਸ਼ ਕੀਤੀ ਅਮਰਿਤਪਾਲ ਨੂੰ ਡਰੋਨ ਦੇ ਜ਼ਰੀਏ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਹੁਣ ਲੋਕਾਂ ਦੇ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਰ ਆਏ ਗਏ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਅਮਰਿਤਪਾਲ ਕਿਸ ਤਰ੍ਹਾਂ ਦਾ ਅੰਦਰ ਦਿਖਾਈ ਦਿੰਦਾ ਤਾਂ ਕਿ ਅਮਰਿਤਪਾਲ ਨੂੰ ਲੱਭਣ ਦੀ ਜਿਹੜੀ ਹੈ ਉਹ ਕੋਸ਼ਿਸ਼ ਹੋਰ ਵੀ ਸਫਲ ਹੋ ਸਕੇ ਰੰਗ ਲਿਆ ਸਕੇ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਅਮਰਿਤਪਾਲ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜ਼ਿਲੇ ਵਾਦੇ ਜਾ ਰਹੇ ਨੇ ਪੁਲਿਸ ਅਧਿਕਾਰੀ ਆਪੋ ਆਪਣੇ ਤਰੀਕੇ ਅਖਤਿਆਰ ਕੀਤੇ ਕਰਦੇ ਪਏ ਨੇ ਪ੍ਰਸ਼ਾਸਨ ਪੁਲਿਸ ਨੂੰ ਪੁਲਿਸ ਦੇ ਨਾਲ ਮਿਲ ਕੇ ਅਮਰਿਤਪਾਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਹੁਣ ਪੁਲਿਸ ਲੋਕਾਂ ਦੇ ਨਾਲ ਮਿਲ ਕੇ ਅਮਰਿਤਪਾਲ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਵੇਖਣਾ ਹੋਵੇਗਾ ਕੀ ਬਣਦਾ ਬਨੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ